ਸਿੰਘਾਂ ਦੀ ਚੜ੍ਹਤ ਦੇ ਚਰਚੇ ਪੂਰੀ ਦੁਨੀਆਂ 'ਚ ਸੁਣਨ ਨੂੰ ਮਿਲਦੇ ਨੇ। ਅੱਜ ਕੁਝ ਅਜਿਹੇ ਹੀ ਸਿੱਖਾਂ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਨਿਸਵਾਰਥ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕੀਤੀ। ਦਰਅਸਲ ਮੁੰਬਈ ਦੇ ਵਿੱਚ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ ਜਿੱਥੇ ਸਾਲਾਨਾ ਸਿੱਖ ਅਚੀਵਰ ਅਵਾਰਡਸ ਨਾਲ 8 ਸਿੱਖਾਂ ਨੂੰ ਨਵਾਜ਼ਿਆ ਗਿਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੁਬਈ ਦੇ ਮਸ਼ਹੂਰ ਬਿਜ਼ਨਸਮੈਨ ਸਰਦਾਰ SP ਸਿੰਘ ਓਬਰਾਏ ਦੀ। ਸਰਦਾਰ SP ਸਿੰਘ ਓਬਰਾਏ ਨੇ ਤਕਰੀਬਨ $5 million ਖਰਚ ਕੇ 58 ਭਾਰਤੀਆਂ ਨੂੰ ਮੌਤ ਦੀ ਸਜ਼ਾ ਹੋਣ ਤੋਂ ਬਚਾਇਆ। 800 ਦੇ ਕਰੀਬ ਲੋਕਾਂ ਨੂੰ ਵਿਦੇਸ਼ਾਂ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ। ਇਸੇ ਤਰ੍ਹਾਂ ਬੀਬੀ ਰਜਿੰਦਰ ਕੌਰ ਵੀ ਇੱਥੇ ਪਹੁੰਚੇ ਜੋ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਪ੍ਰਭ ਆਸਰਾ ਹੋਮ ਜ਼ਰੀਏ ਬੇਸਹਾਰਿਆਂ ਨੂੰ ਸਹਾਰਾ ਦੇ ਰਹੇ ਨੇ। ਬੀਬੀ ਰਜਿੰਦਰ ਕੌਰ ਦੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ, ਕਿਉਂਕਿ ਹਜ਼ਾਰਾਂ ਲੋਕਾਂ ਦੀ ਸੇਵਾ ਕਰਨਾ ਮੁਸ਼ਕਲ ਜਿਹਾ ਜਾਪਦਾ ਹੈ, ਪਰ ਉਹਨਾਂ ਇਸ ਨੂੰ ਮੁਮਕਿਨ ਕਰ ਦਿਖਾਇਆ। UK ਤੋਂ ਆਏ ਜਸਵਿੰਦਰ ਸਿੰਘ ਖਾਲਸਾ ਸੁੱਚਾ ਜੀ ਫਾਊਂਡੇਸ਼ਨ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਦਿਵਾਉਣ ਦੇ ਵਿੱਚ ਮਦਦ ਕਰ ਰਹੇ ਨੇ। ਅਮਰਜੀਤ ਸਿੰਘ ਸੁਡਾਨ ਜੋ ਲਾਵਾਰਿਸ ਲਾਸ਼ਾਂ ਦਾ ਅੰਤਮ ਸੰਸਕਾਰ ਕਰਦੇ ਨੇ ਤੇ ਬੇਸਹਾਰਾ ਜਾਂ ਮੰਦਬੁੱਧੀ ਲੋਕਾਂ ਨੂੰ ਮੰਜ਼ਿਲ ਤੱਕ ਪਹੁੰਚਾਉਂਦੇ ਨੇ ਜਿੱਥੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ। ਇੱਕ ਹੋਰ ਸ਼ਖਸ ਇੱਥੇ ਦੇਖਣ ਨੂੰ ਮਿਲਿਆ ਜਿਸਨੇ ਬਿਨਾਂ ਬਾਹਾਂ ਦੇ ਸਾਈਕਲਿਸਟ ਬਣ ਆਪਣਾ ਲੋਹਾ ਮਨਵਾਇਆ। ਜਗਵਿੰਦਰ ਸਿੰਘ ਦੀਆਂ ਬਾਹਾਂ ਭਾਵੇਂ ਨਹੀਂ ਨੇ, ਪਰ ਉਹ ਨੈਸ਼ਨਲ ਸਾਈਕਲ ਚੈਂਪੀਅਨ ਬਣੇ ਨੇ ਆਪਣੇ ਦ੍ਰਿੜ ਇਰਾਦੇ ਜ਼ਰੀਏ। ਜਗਵਿੰਦਰ ਸਿੰਘ ਆਪਣੇ ਪੈਰਾਂ ਨਾਲ ਹੀ ਖਾਣਾ ਬਣਾਉਂਦੇ ਨੇ ਅਤੇ ਪੇਂਟਿੰਗ ਵੀ ਕਰਦੇ ਨੇ। ਜਗਵਿੰਦਰ ਮੁਤਾਬਕ ਆਪਣੀ ਜ਼ਿੱਦ ਕਰਕੇ ਉਹ ਇਸ ਮੁਕਾਮ ਤੇ ਪਹੁੰਚੇ ਨੇ। ਉੱਥੇ ਇਸ ਮੌਕੇ 79 ਵਰਿਆਂ ਦੇ ਭਾਈ ਗੁਰਮੇਜ ਸਿੰਘ ਦੀ ਜ਼ਿੰਦਗੀ ਬਾਰੇ ਵੀ ਦੱਸਿਆ ਗਿਆ, ਜੋ ਛੋਟੀ ਉਮਰੇ ਹੀ ਆਪਣੇ ਅੱਖਾਂ ਦੀ ਰੋਸ਼ਨੀ ਗਵਾ ਬੈਠੇ, ਪਰ ਮਨ ਦੀ ਜੋਤ ਅਤੇ ਗੁਰੂ ਦੀ ਮਿਹਰ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬ੍ਰੇਲ ਲਿਪੀ 'ਚ ਤਿਆਰ ਕੀਤਾ ਤਾਂ ਕਿ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਲੋਕ ਵੀ ਇਸ ਨੂੰ ਪੜ੍ਹ ਸਕਣ। ਭਾਈ ਗੁਰਮੇਜ ਸਿੰਘ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ 18 ਵੋਲਿਊਮਸ ਬ੍ਰੇਲ ਲਿਪੀ 'ਚ ਤਿਆਰ ਕਰ ਚੁੱਕੇ ਨੇ। ਇਸੇ ਤਰ੍ਹਾਂ ਹਾਲੇ ਵੀ ਮਨੁੱਖਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਮਨੁੱਖਤਾ ਦੇ ਇਹਨਾਂ ਸੇਵਾਦਾਰਾਂ, ਇਹਨਾਂ ਦੀ ਨਿਸ਼ਕਾਮ ਸੇਵਾ ਨੂੰ ਅਸੀਂ ਵੀ ਸਿਰ ਝੁਕਾਉਂਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਬਲ ਬਖਸ਼ੇ ਤਾਂ ਕਿ ਹੋਰ ਤਾਕਤ ਦੇ ਨਾਲ ਮਨੁੱਖਤਾ ਦੀ ਸੇਵਾ ਦੇ ਵਿੱਚ ਲੱਗੇ ਰਹਿਣ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।